ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਬਹੁਤ ਸਾਰੇ ਲੋਕ ਆਪਣੀ ਸਿਹਤ ਨੂੰ ਠੀਕ ਠਾਕ ਕਰਨ ਦੇ ਲਈ ਜਿਮ ਜਾਂਦੇ ਆ ਐਕਸਰਸਾਈਜ਼ ਕਰਦੇ ਆ ਉਹਦੇ ਨਾਲ ਨਾਲ ਇੱਕ ਹੋਰ ਚੀਜ਼ ਬਹੁਤ ਪ੍ਰਚਲਿਤ ਆ ਕਈ ਤਰ੍ਹਾਂ ਦੀ ਖੁਰਾਕ ਖਾਂਦੇ ਆ ਜਿਹਦੇ ਵਿੱਚ ਕਈ ਵਾਰੀ ਪ੍ਰੋਟੀਨ ਕਹਿੰਦੇ ਆ ਉਹਨੂੰ ਕਈ ਜਿਹੜੀਆਂ ਪਰਫਾਰਮੈਂਸ ਐਨਹਾਂਸਿੰਗ ਡਰੱਗਸ ਆ ਜਿਹਦੇ ਨਾਲ ਬੰਦਾ ਉਹ ਸ਼ੇਕ ਜੇ ਪੀਂਦੇ ਆ ਤੇ ਜਿਹਦੇ ਨਾਲ ਬੰਦਾ ਥੱਕਦਾ ਨਹੀਂ ਐਕਸਰਸਾਈਜ਼ ਕਰੀ ਜਾਂਦਾ ਤੇ ਅਲਟੀਮੇਟਲੀ ਉਹ ਜਿੱਦਾਂ ਦੇ ਉਹਨੂੰ ਮਸਲ ਚਾਹੀਦੇ ਹੁੰਦੇ ਆ ਉਹ ਬਣ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਕੀ ਆ ਕੀ ਅੱਜ ਦੇ ਸਮੇਂ ਵਿੱਚ ਇਹ ਚੀਜ਼ਾਂ ਲੈਣੀਆਂ ਜ਼ਰੂਰੀ ਆ ਜਿਹੜੀ ਅਸੀਂ ਧਾਲ ਫੁਲਕਾ ਖਾਂਦੇ ਆ ਇਹਦੇ ਵਿੱਚੋਂ ਇਹ ਚੀਜ਼ਾਂ ਕੁਦਰਤੀ ਤੌਰ ਤੇ ਨਹੀਂ ਮਿਲਦੀਆਂ ਇਹਦਾ ਕਿੰਨਾ ਕੁ ਫਾਇਦਾ ਹੁੰਦਾ ਤੇ ਕਿੰਨਾ ਕੁ ਨੁਕਸਾਨ ਹੁੰਦਾ ਇਹਦੇ ਬਾਰੇ ਆਪਾਂ ਡਾਕਟਰ ਪਰਕਾਸ਼ ਸਿੰਘ ਪੁਰਜੀ ਨਾਲ ਗੱਲਬਾਤ ਕਰਨੀ ਹੈ ਡਾਕਟਰ ਸਾਹਿਬ ਜੇ ਮੀ ਜਾਣ ਵੇਲੇ ਬਹੁਤ ਸਾਰੇ ਲੋਕ ਦੇਖਦੇ ਆ ਵੀ ਉਹ ਕਈ ਕੁਝ ਪੀਂਦੇ ਆ ਆਮ ਇੱਕ ਜਿਹੜੀ ਗੱਲ ਅਸੀਂ ਸੁਣਦੇ ਆ ਕਿ ਪ੍ਰੋਟੀਨ ਸ਼ੇਕ ਆ ਜਾਂ ਸਟਿਮੂਲੈਂਟਸ ਆ ਇਹਦੇ ਨਾਲ ਬੰਦਾ ਜ਼ਿਆਦਾ ਐਕਸਰਸਾਈਜ਼ ਕਰਦਾ ਰਹਿੰਦਾ ਨੇਚਰਲ ਡਾਈਟ ਨਾਲ ਬੰਦਾ ਠੀਕ ਠਾਕ ਰਹਿ ਸਕਦਾ ਜਾਂ ਉਹਨੂੰ ਇਹ ਚੀਜ਼ਾਂ ਲੈਣੀਆਂ ਜ਼ਰੂਰੀ ਆ ਜੀ ਬਿਲਕੁਲ ਨੈਚੁਰਲ ਤੌਰ ਤੇ ਆਪਾਂ ਜਿਮ ਜਾ ਸਕਦੇ ਔਰ ਜਿਹੜਾ ਆਪਾਂ ਖਾਣਾ ਖਾਂਦੇ ਆ ਉਹਦੇ ਨਾਲ ਸਾਨੂੰ ਸਾਰਾ ਕੁਝ ਮਿਲਦਾ ਜਿਹੜਾ ਕੈਨੇਡਾ ਦੀ ਫੂਡ ਗਾਈਡ ਆ ਜਿਹੜੇ ਆਪਾਂ ਕਈ ਵਾਰ ਪ੍ਰਚਲਿਤ ਕੀਤੀ ਆ ਵੀ ਜਿਆਦਾ ਜਿਹੜਾ ਖੇਤਾਂ ਚ ਸਬਜ਼ੀਆਂ ਉਗਦਾ ਸੱਤ ਰੰਗ ਦਾ ਜਿਹੜਾ ਹੈਗਾ ਫਰੂਟਸ ਵੈਜੀਟੇਬਲ ਕਾਲੇ ਚਨ ਰਾਜਮਾ ਦਾਲ ਔਰ ਕੋਈ ਅਗਰ ਨਾਨ ਵੇਜ ਹੈਗਾ ਉਹ ਚਿਕਨ ਟਰਕੀ ਫਿਸ਼ ਮੀਟ ਅੰਡਾ ਖਾ ਸਕਦਾ ਸੋ ਇਸ ਤੋਂ ਇਨਫ ਪ੍ਰੋਟੀਨਸ ਸਾਨੂੰ ਮਿਲ ਜਾਂਦੇ ਹੁਣ ਮੈਂ ਦੱਸਣਾ ਚਾਹੁੰਦਾ ਬੀ ਉੱਕਾ ਬੁੱਕਾ ਦੇਖੋ ਸਾਇੰਸ ਤਾਂ ਕਹਿੰਦੀ 0.8 ਗ੍ਰਾਮ ਪਰ ਕਿਲੋ ਲੇਕਿਨ ਅੰਡਰਸਟੈਂਡਿੰਗ ਵਾਸਤੇ ਉੱਕਾ ਬੁੱਕਾ ਆਪਾਂ 1 ਗ੍ਰਾਮ ਕਹਾਂਗੇ ਕੋਈ ਬੰਦਾ 70 ਕਿਲੋ ਦਾ ਉਹਨੂੰ 70 ਕਿਗ੍ਰਾਮ ਚਾਹੀਦਾ 24 ਘੰਟੇ ਚ ਪ੍ਰੋਟੀਨ ਤਾਂ ਕਿ ਉਹਦੀ ਸਾਰੀ ਬੋਡੀ ਦੀ ਗਤੀਵਿਧੀ ਚੱਲਦੀ ਰਹੇ ਜਿਹੜੀ ਪ੍ਰੋਟੀਨ ਹੈਗੀ ਆ ਉਹਨੂੰ ਅਗਰ ਡਿਵਾਈਡ ਕਰੀਏ ਤੇ ਉਹਦੇ 21 ਅਮੀਨੋ ਐਸਿਡ ਹੁੰਦੇ ਆ ਹਿਊਮਨ ਬੋਡੀ ਚ ਯੋਥ ਇਸ ਬੋਡੀ ਕਰੀਬਨ 12 ਆ ਬਣਾ ਲੈਂਦੇ ਆ ਲੇਕਿਨ ਨੌ ਨੂੰ 12 ਚਾਹੀਦੇ ਜਿਹੜੇ ਸਾਨੂੰ ਖਾਣੇ ਤੋਂ ਚਾਹੀਦੇ ਸੋ ਇੰਨੀ ਵੱਡੀ ਕੋਈ ਤਰਾਸਤੀ ਤਾਂ ਹੈ ਨਹੀਂ ਸੋ ਵੈਜੀਟੇਰੀਅਨ ਡਾਈਟ ਤੋਂ ਵੀ ਸਾਨੂੰ ਪ੍ਰੋਟੀਨ ਮਿਲ ਸਕਦਾ ਤੇ ਨਾਨ ਵੈਜ ਤੋਂ ਵੀ ਮਿਲ ਸਕਦਾ ਡਾਕਟਰ ਸਾਹਿਬ ਇਹ ਮੈਮ ਆਫਿਸਰਨ ਰੋਗ ਇੱਥੇ ਜਿਹੜੇ ਉਹ ਇੱਕ ਵੱਡੇ ਵੱਡੇ ਡੱਬਿਆਂ ਦੇ ਡੱਬੇ ਮਿਲਦੇ ਆ ਉਹ ਕਹਿੰਦੇ ਬੰਦਾ ਉਹ ਪਾਊਡਰ ਖਾ ਲਵੇ ਤੇ ਉਹ ਬੜਾ ਮਸਕੂਲਰ ਹੋ ਜਾਂਦਾ ਉਹ ਪ੍ਰੋਟੀਨ ਹੁੰਦੀ ਇਹ ਉਹੀ ਪ੍ਰੋਟੀਨ ਹੁੰਦੀ ਜਿਹੜੀ ਡਾਈਟ 'ਚ ਤੁਸੀਂ ਦੱਸ ਰਹੇ ਹੋ ਉਹ ਤੋਂ ਕੋਈ ਵੱਖਰੀ ਹੁੰਦੀ ਹੈ ਦੇਖੋ ਉਹਨਾਂ ਨੇ ਨਾ ਸੌਦਾ ਵੇਚਣਾ ਸੌਦੇ ਵੇਚਣ ਵਾਸਤੇ ਸੋ ਉਹਨਾਂ ਨੇ ਮਤਲਬ ਫਲੇਵਰਿੰਗ ਏਜੈਂਟ ਪਾਉਣੇ ਆ ਵਿਚ ਸਟੇਬਲਾਈਜ਼ਰਸ ਪਾਉਣੇ ਆ ਵਿਚ ਹੋਰ ਚੀਜ਼ਾਂ ਪਾਉਣੀਆਂ ਲੇਕਿਨ ਇਹ ਸਾਰਾ ਮੋਸਟਲੀ ਦੁੱਤ ਬੰਦਾ ਵੇ ਜਾਂ ਕੇਸ ਇਨ ਕਰਕੇ ਕਹਿੰਦੇ ਹਨ ਹੁਣ ਜਿਹੜੀ ਆਪਾਂ ਰੈਗੂਲਰ ਪ੍ਰੋਟੀਨ ਖਾ ਰਹੇ ਆ ਖਾਣੇ ਤੋਂ ਉਹ ਜਿਹੜੀ ਪ੍ਰੋਟੀਨ ਆ ਸਾਡੇ ਮਸਲਸ ਨੂੰ ਬਣਾਉਂਦੇ ਆ ਜਿਦਾਂ ਹੁਣ ਇੱਕ ਬਿਲਡਿੰਗ ਦੇ ਉਸਾਰੀ ਆ ਇੱਟਾਂ ਦੇ ਨਾਲ ਸਮਝੋ ਦੀ ਦਿਵਾਲਾ ਬਣ ਰਹੀ ਹੈ ਹਨਾ ਤੇ ਉਹ ਇੱਟਾਂ ਦਾ ਕੰਮ ਸਾਡਾ ਪ੍ਰੋਟੀਨ ਦਾ ਸਾਡੇ ਬਿਲਡਿੰਗ ਬਲॉक्स ਹੈਗੇ ਆ ਲੇਕਿਨ ਪ੍ਰੋਟੀਨ ਸਾਡੇ ਐਨਜ਼ਾਈਮਸ ਸਾਡੇ ਹਾਰਮੋਨਸ ਸਾਡੇ ਨਿਊਰੋਟ੍ਰਾਂਸਮੀਟਰ ਇਹਦੇ ਵੀ ਬੇਸ ਉਹੀ ਹੈ ਉਸ ਤੋਂ ਹੀ ਬਣਦੇ ਆ ਸੋ ਹੈਡ ਟੂ ਟੋ ਇਹਦੇ ਫੰਕਸ਼ਨਸ ਤੇ ਹੈਗੇ ਆ ਔਰ ਜਦੋਂ ਇਹ ਚੁੱਜਾਂ ਨਹੀਂ ਬਣੀਆਂ ਸੀ ਇਨਸਾਨ ਧਰਤੀ ਤੋਂ 4 ਮਿਲੀਅਨ ਸਾਲ ਤੋਂ ਰਹਿ ਰਹੇ ਉਦੋਂ ਵੀ ਤਾਂ ਸਾਰਿਆਂ ਨੂੰ ਪ੍ਰੋਟੀਨ ਮਿਲ ਰਹੀ ਸੀ ਹੁਣ ਗੱਲ ਆਪਾਂ ਪ੍ਰੋਟੀਨ ਦੀ ਵੈਜੀਟੇਰੀਅਨ ਔਰ ਨਾਨ ਵੈਜੀਟੇਰੀਅਨ ਤੇ ਆਈਏ ਜਿਹੜਾ ਇੱਕ ਅੰਡਾ ਉਹ ਚ 6 ਤੋਂ 7 ਗ੍ਰਾਮ ਪ੍ਰੋਟੀਨ ਹੁੰਦੀ ਹੈ ਸੋ ਕੱਪ ਕੱਪ ਤੁਸੀਂ 6 ਗ੍ਰਾਮ ਫੜ ਲਓ ਜਿਹੜਾ ਚਿਕਨ ਬ੍ਰੈਸਟ ਆ ਮੱਛੀ ਦਾ ਇੱਕ ਪੀਸ ਆ ਜਾਂ ਮਤਲਬ ਜਿਹੜਾ ਸਟੇਕ ਵਗੈਰਾ ਖਾਂਦੇ ਆ ਗੋਰੇ ਜਿਆਦਾ ਉਹਦੇ ਚ 30 ਤੋਂ 35 ਗ੍ਰਾਮ ਪ੍ਰੋਟੀਨ ਹੈਗਾ ਸੋ ਅਗਰ ਤੁਸੀਂ ਆਪਾਂ ਹੁਣ ਵੈਜੀਟੇਰੀਅਨ ਚਾਹੀਏ ਇੱਕ ਛੋਟੀ ਕੋਲੀ ਦਾਲ ਦੀ ਲੈ ਲਓ ਕਾਲੇ ਛੰਨੇ ਲੈ ਲਓ ਰਾਜਮਾ ਲੈ ਲਓ ਕੋਈ ਵੀ ਬੀਨਸ ਲੈ ਲਓ ਉਹ ਚ ਕਰੀਬਨ ਕਰੀਬਨ 8 ਤੋਂ 10 ਗ੍ਰਾਮ ਪ੍ਰੋਟੀਨ ਹੈਗੇ ਆ ਫਿਰ ਸਾਡੇ ਦੁੱਧ ਦੇ ਵਿੱਚ ਇੱਕ ਕੱਪ ਦੇ ਵਿੱਚ ਕਰੀਬਨ 8 ਗ੍ਰਾਮ ਹੈਗੇ ਆ ਦਹੀਂ ਚ ਹੈਗੀ ਆ ਚੀਸ ਚ ਹੈਗੀ ਆ ਪਨੀਰ ਚ ਹੈਗੀ ਆ ਟੋਫੂ ਚ ਹੈਗੀ ਆ ਤੇ ਜਿਹੜੇ ਸਾਰੇ ਨਰਟਸ ਆ ਆਪਾਂ ਖਾਣੇ ਬਦਾਮ ਖਾ ਸਕਦੇ ਕਾਜੂ ਖਾ ਸਕਦੇ ਉਹ ਚ ਵੀ ਥੋੜੇ ਪ੍ਰੋਟੀਨ ਨੇ ਜਿੰਨੇ ਤਲੇ ਚ ਆ ਜਾਂਦੇ ਆ ਕਰੀਬਨ ਮੁਠੀ ਬੰਦ ਚ ਉਹ ਚ 6 ਗ੍ਰਾਮ ਉਹ ਚ ਵੀ ਪ੍ਰੋਟੀਨ ਹੈਗਾ ਸੋ ਵੈਜੀਟੇਰੀਅਨ অর ਨਾਨ ਵੈਜੀਟੇਰੀਅਨ ਜਿਹੜੇ ਪੰਜਾਬੀ ਵੈਜੀਟੇਰੀਅਨ ਡਾਈਟ ਆ ਅਸੀਂ ਮਿਲਕ ਪ੍ਰੋਡਕਟ ਵੀ ਲੈਂਦੇ ਆ ਉਹਦੇ ਜੀ ਸਾਨੂੰ ਇਨਫ ਪ੍ਰੋਟੀਨ ਮਿਲ ਸਕਦਾ ਲੇਕਿਨ ਸਾਨੂੰ ਥੋੜਾ ਜਿਹਾ ਕਾਸ਼ੀਅਸ ਹੋਣਾ ਪੈਂਦਾ ਇਹtema ਦੱਸਣਾ ਚਾਹੁੰਦਾ ਵੀ ਇਵਨ ਜਿਹੜੀ ਭਾਲਕ ਆ ਬਰੋਕਲੀ ਆ ਇਹਦੇ ਵਿੱਚ ਵੀ ਪ੍ਰੋਟੀਨ ਹੈਗੀ ਆ ਜਿਹੜੇ ਗਾਂ ਮੱਝ ਘੋੜੇ ਹੱਥ ਇਹਨਾਂ ਨੂੰ ਕਿੱਥੋਂ ਪ੍ਰੋਟੀਨ ਮਿਲਦਾ ਇਸ ਤੋਂ ਤਾਂ ਮਿਲਦਾ ਉਹਨਾਂ ਦੇ ਦੇਖੋ ਮਸਲ ਕਿੰਨੇ ਤਗੜੇ ਘੋੜਾ ਕਿੰਨਾ ਦੌੜਦਾ ਹੈ ਨਾ ਸੋ ਵੇਜੀਟੇਰੀਅਨਾਂ ਕੋੜਾ ਸੋ ਉਹਨੂੰ ਸਾਰਾ ਪ੍ਰੋਟੀਨ ਸੋਰਸ ਆ ਦਾ ਘਾਹ ਤੋਂ ਮਿਲਦਾ ਇੱਕ ਜਿਹੜੀ ਵੇਜੀਟੇਬਲ ਆ ਜਿਹੜੀ ਬਹੁਤ ਜ਼ਿਆਦਾ ਵਿੱਚ ਸਾਰੇ ਅਮੀਨੋ ਐਸਿਡ ਹੈਗੇ ਆ 21 ਦੇ 21 ਜਿਹੜੇ ਹਿਊਮਨ ਬੋਡੀ ਨੂੰ ਚਾਹੀਦੇ ਉਹ ਹੈਗੀ ਸੈਲਰੀ C E L E R Y ਜਿਹੜੀ ਉਹ ਡੰਡੀਆਂ ਜਿਹੀਆਂ ਹੁੰਦੀਆਂ ਸਸਤੀਆਂ ਵੀ ਮਿਲਦੀਆਂ ਉਹ ਤੁਸੀਂ ਉਦਾਂ ਵੀ ਖਾ ਸਕਦੇ ਆ ਜਾਂ ਤੁਸੀਂ ਡਿਪ ਸੌਸ ਦੇ ਨਾਲ ਵੀ ਖਾ ਸਕਦੇ ਅਗਰ ਤੁਹਾਨੂੰ ਉਹ ਦਾ ਟੇਸ ਨਾ ਲੱਗੇ ਦੇਖੋ ਉੱਚੇ ਪ੍ਰੋਟੀਨ ਤਾਂ ਹੈਗਾ ਸਾਰਾ ਨਾਲ ਨਾਲ ਵਿੱਚ ਫਾਈਬਰ ਆਇਰਨ ਹੈ ਵਿਟਾਮਿਨ ਹੈ ਮਿਨਰਲ ਹੈ ਐਂਟੀਆਕਸੀਡੈਂਟਸ ਹੈ ਕੈਂਸਰ ਫਾਈਟਿੰਗ ਉਹਦੇ ਵਿੱਚ ਏਜੈਂਟਸ ਹੈਗੇ ਆ ਇਵਨ ਬ੍ਰੋਕਲੀ 'ਚ ਕੈਂਸਰ ਫਾਈਟਿੰਗ ਏਜੈਂਟਸ ਹੈਗੇ ਆ ਸੋ ਜਿਹੜੀਆਂ ਚੀਜ਼ਾਂ ਕੁਦਰਤੀ ਜ਼ਮੀਨ ਤੋਂ ਪੈਦਾ ਹੋ ਰਹੀਆਂ ਉੱਚੇ ਸਾਰਾ ਕੁਝ ਹੈਗਾ ਉਹ ਜਿਹੜੇ ਸਪਲੀਮੈਂਟ ਆ ਮੈਂ ਕਹੂੰਗਾ ਵੀ ਸਿਰਫ ਉਹੀ ਲੋਕ ਯੂਜ਼ ਕਰਨ ਜਿਨ੍ਹਾਂ ਨੇ ਆਰਨਰਡ ਸੋਰਸ ਨਿਕਰ ਵੰਦਰ ਬੋਡੀ ਬਣਾ ਕੇ ਕੋਈ ਚੈਂਪੀਅਨਸ਼ਿਪ 'ਚ ਪਹਿਲੇ ਦੁੱਜੇ ਜਾਂ ਤੀਜੇ ਸਥਾਨ ਤੇ ਹੋਣਾ ਜਿਹੜਾ ਆਮ ਵਿਅਕਤੀ ਹੈਗਾ ਜਿਹਦੇ ਅਸੀਂ ਸਾਰੇ ਹੁੰਦੇ 99.99% ਉਹਨਾਂ ਨੂੰ ਸਪਲੀਮੈਂਟ ਲੈਣ ਦੀ ਕੋਈ ਵੱਡੀ ਲੋੜ ਨਹੀਂ ਹੈਗੀ ਉਹਨਾਂ ਦੀ ਡਾਈਟ ਤੋਂ ਉਹਨਾਂ ਨੂੰ ਸਾਰਾ ਮਿਲ ਰਿਹਾ ਕਿਉਂਕਿ ਇਹ ਜਿਹੜੀ ਬਾਹਰ ਜਿਹੜਾ ਸੌਦਾ ਵੇਚ ਰਹੇ ਰੈਗੂਲੇਟਡ ਨਹੀਂ ਆ ਇਹਨੂੰ ਐਸਾ ਫੂਡ ਪ੍ਰੋਡਕਟ ਵੇਚਿਆ ਜਾਂਦਾ ਹਨ ਪਤਾ ਨਹੀਂ ਕਿੱਥੋਂ ਬਣ ਕੇ ਆਉਂਦਾ ਕੰਪਨੀਆਂ ਇੱਥੇ ਹੈਗੀਆਂ ਲੇਕਿਨ ਮੈਨੂਫੈਕਚਰਿੰਗ ਪਤਾ ਨਹੀਂ ਕਿਹੜੀ ਕੰਟਰੀ ਤੋਂ ਹੋ ਕੇ ਆ ਰਿਹਾ ਕਿਹੜੀ-ਕਿਹੜੀ ਚੀਜ਼ ਐਡ ਹੋ ਰਹੀਆ ਕਿਹੜੇ ਵਾਤਾਵਰਣ ਚੋਂ ਬਣਿਆ ਸੋ ਅਸੀਂ ਸਾਡੀ ਨਿਗਰਾਨੀ ਚ ਜਿਹੜਾ ਫੂਡ ਹੈਗਾ ਇੱਥੇ ਅਸੀਂ ਲੈਂਦੇ ਆ ਆਪਣੀ ਅੱਖਾਂ ਦੇ ਨਾਲ ਦੇਖਦੇ ਆ ਉਹ ਵਧੀਆ ਸੋਰਸ ਚ ਔਰ ਇਨੀ ਡਰਨ ਦੀ ਲੋੜ ਨਹੀਂ ਆ ਜਿਮ ਦੇ ਵਿੱਚ ਵੀ ਅਗਰ ਜਾਣਦੇ ਆ ਅਗਰ ਆਪਾਂ ਕਹਿੰਨੇ 1 ਘੰਟੇ ਦੀ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਉਹਦੇ ਵਿੱਚ 30 ਮਿੰਟ ਕਾਰਡੀਓ ਬਹੁਤ ਹੋ ਗਏ ਜਿੱਦੇ ਤੁਸੀਂ ਸਾਈਕਲ ਚਲਾ ਲਓ ਤੁਸੀਂ ਟਰੈਡਮਿਲ ਕਰ ਲਓ ਜੋ ਮਰਜੀ ਕਰ ਲੋ ਜੇ ਤੁਹਾਨੂੰ एरोਬਿਕ ਐਕਸਰਸ ਲੇਕਿਨ ਜਦੋਂ ਆਪਾਂ weight training ਕਰਦੇ ਹਾਂ ਜਿੰਨੀ ਆਪਾਂ weight training ਕਰਾਂਗੇ ਉਹਨਾਂ ਮਸਲਸ ਮਜ਼ਬੂਤ ਹੋਗਾ ਜਦੋਂ ਮਸਲਸ ਜਦੋਂ ਆਪਾਂ weight training ਕਰਦੇ ਆ ਮਸਲ ਦੇ ਸੂਖਸ਼ਮ ਪਾਰਟੀਕਲ ਟੁੱਟਦੇ ਆ ਫਾਈਬਰਸ ਉਹ ਜਦੋਂ ਰੀਬਿਲਡ ਹੁੰਦੇ ਆ ਤੁਹਾਡੀ ਬੋਡੀ ਦੇ ਜਿਹੜੀ ਤੁਸੀਂ ਪ੍ਰੋਟੀਨ ਖਾਦੇ ਉਹਦੇ ਨਾਲ ਰੀਬਿਲਡ ਹੋ ਕੇ ਫਿਰ ਮਜ਼ਬੂਤ ਹੁੰਦੇ ਆ ਜਿੰਨੇ ਤੁਸੀਂ ਡੰਬਲਸ ਚੁੱਕੋਗੇ ਉਹਨੇ ਡੋਲੇ ਮਜ਼ਬੂਤ ਹੋਣਗੇ ਤੁਸੀਂ ਅਗਰ ਕਿਲੋ ਦੇ ਕਿਲੋ ਖਾਈ ਜਾਓ ਪ੍ਰੋਟੀਨ ਰੋਜ਼ ਹੈਨਾ ਨਾਲ ਤੁਸੀਂ ਡੰਬਲਸ ਨਾਲ ਚੱਕੋ ਤੇ ਮਜ਼ਬੂਤ ਨਹੀਂ ਹੋਣਗੇ ਨਾਲ ਐਕਸਰਸਾਈਜ਼ ਚਾਹੀਦੀ ਹੈ ਅਗਰ ਤੁਸੀਂ ਵੈਜੀਟੇਬਲ ਪ੍ਰੋਟੀਨ ਖਾਓ ਐਨੀਮਲ ਪ੍ਰੋਟੀਨ ਖਾਓ ਐਕਸਰਸਾਈਜ਼ ਨਾ ਕਰੋ ਤੇ ਡੋਲੇ ਨਹੀਂ ਬਣਾਂਗੇ ਬਾਕੀ ਜਿੰਨੇ ਅਗਰ ਕੋਈ ਚੈਂਪੀਅਨਸ਼ਿਪ ਰਨ ਕਰਨੀ ਹੈ ਫਿਰ ਉਸਕੋ ਟ੍ਰੇਨਰਸ ਹੁੰਦੇ ਆ ਫਿਰ ਉਹ ਆਪਣਾ ਬਿਲਕੁਲ ਬਕਾਇਦਾ ਹਿਸਾਬ ਕਿਤਾਬ ਰੱਖਦੇ ਆ ਵੀ ਇੰਨੇ ਮੈਜ਼ਰਮੈਂਟਸ ਚਾਹੀਦੀ ਆ ਔਰ ਉਹ 2 ਗ੍ਰਾਮ ਪਰ ਕਿਲੋ ਪ੍ਰੋਟੀਨ ਲੈਂਦੇ ਆ ਸਾਡੇ ਲਈ ਜਿਆਦਾ ਪ੍ਰੋਟੀਨ ਵੀ ਚੰਗੀ ਗੱਲ ਨਹੀਂ ਹੈ ਕਿਉਂਕਿ ਕਲੀਅਰੈਂਸ ਨੇ ਫਿਰ ਕਿਡਨੀ ਚ ਕਰਨੀ ਹੈ ਕਿਡਨੀ ਦੇ ਉੱਤੇ ਲੋਡ ਪੈਂਦਾ ਪਿਸ਼ਾਬ 'ਚ ਮੁਸ਼ਕਿਲ ਆਦਾ ਹੁੰਦੀ ਹੈ ਕਿਉਂਕਿ ਨਾਈਟ੍ਰੋਜਨ ਲੋਡ ਬੋਡੀ 'ਚ ਪੈਂਦਾ ਹਾਲਾਂਕਿ ਕੋਈ ਜ਼ਿਆਦਾ ਪਬਲਿਸ਼ਡ ਰਿਸਰਚ ਨਹੀਂ ਆ ਲੇਕਿਨ ਕਿਉਂ ਬੋਡੀ ਨੂੰ ਅਸੀਂ ਤੰਗ ਕਰਨਾ ਐਕਸਟਰਾ ਡੋਪ ਜਾਂ ਐਕਸਟਰਾ ਪ੍ਰੋਟੀਨ ਉਹਦੇ ਉੱਤੇ ਪਾ ਕੇ ਡਾਕਟਰ ਜੀ ਹੋਰ ਕਈ ਤਰ੍ਹਾਂ ਦੇ ਇਹ ਪੀਣ ਵਾਲੇ ਜਿਹੜੇ ਹੁੰਦੇ ਆ ਤੇ ਖਾਣ ਵਾਲੇ ਪਾਊਡਰ ਹੁੰਦੇ ਆ ਕਿ ਤੁਸੀਂ ਇੱਕ ਘੰਟੇ ਐਕਸਰਸਾਈਜ਼ ਕਰਦੇ ਹੋ ਉਹ ਕਰਕੇ ਤੁਸੀਂ ਪਹਿਲਾਂ ਲੋ ਬਾਅਦ ਚਲੋ ਤੁਸੀਂ ਦੋ ਘੰਟੇ ਐਕਸਰਸਾਈਜ਼ ਕਰੀ ਜਾਂਦੇ ਤੁਸੀਂ ਥੱਕਦੇ ਹੀ ਨਹੀਂ ਆ ਤੇ ਉਹ ਆਲਟੀਮੇਟਲੀ ਕਿੰਜ ਫਿਰ ਤੁਹਾਡੀ ਬੋਡੀ ਠੀਕ ਰਹਿੰਦੀ ਆ ਇਹ ਜਿਹੜਾ ਬਹੁਤ ਸਾਰਾ ਰਵਾਜ ਆ ਇਹ ਇਹ ਜਿਹੜੀਆਂ ਇਹਨੂੰ ਪਰਫਾਰਮੈਂਸ ਐਨਹਾਂਸਿੰਗ ਡਰੱਗਸ ਕਹਿੰਦੇ ਆ ਇਹ ਕੀ ਹੁੰਦੀਆਂ ਔਰ ਇਹਦਾ ਕੋਈ ਸਾਈਡ ਇਫੈਕਟ ਹੁੰਦਾ ਜਾਂ ਇਹ ਸੇਫ ਹੁੰਦੀਆਂ ਲੈਣੀਆਂ ਨਹੀਂ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਇਹ ਸਾਰਾ ਦੇਖੋ ਹੁਣ ਯੋਗ ਹੈਗਾ ਡਿਜੀਟਲ মিডিਆ ਹੁੰਦਾ ਹੈ ਨਾ ਯੂਟਿਊਬਰਸ ਹੈਗੇ ਆ ਟਿਕਟੋਕ ਹੈਗੇ ਆ ਕੋਈ ਵੀ ਟ੍ਰੇਨਰ ਹੈਗਾ ਕੋਈ ਵੀ ਵੇਚਣ ਵਾਲੀ ਕੰਪਨੀ ਹੈਗੀ ਉਹ ਵਧੀਆ ਜਿਹਾ ਮਸਕੂਲਰ ਬੰਦਾ ਖੜਾ ਕਰਕੇ ਜਾਂ ਜਨਾਨੀ ਖੜਾ ਕਰਕੇ ਉਹ ਸੋਦਾ ਸਾਹਮਣੇ ਹੁੰਦਾ ਵਿੱਚ ਜਾਂਦੇ ਹੈ ਨਾ ਕੋਈ ਵੀ ਚੀਜ਼ ਆਪਾਂ ਬਾਹਰੋਂ ਪਾਉਂਦੇ ਆ ਅਸ ਕਰਕੇ ਜਿਹੜੇ ਐ ਸਟੀਮੂਲੈਂਟ ਆ ਜਿਹੜੇ ਐਨਹਾਂਸਿੰਗ ਏਜੈਂਟਸ ਹੈਗੇ ਕੋਈ ਵੀ ਰੈਗੂਲੇਟਡ ਨਹੀਂ ਐ ਕਿਹੜੀ ਚੀਜ਼ ਪਈ ਐ ਕਿੰਨੀ ਮਾਤਰਾ ਚਾਹੀਏ ਪਤਾ ਨਹੀਂ ਬਹੁਤ ਸਾਰੇ ਪ੍ਰੋਡਕਟ ਚ ਕੈਫੀਨ ਹੁੰਦਾ ਜਦੋਂ ਆਪਾਂ ਨੇ 10-15 ਕੱਪ ਕੈਫੀਨ ਕਾਫੀ ਪੀ ਲਈਏ ਤਾਂ ਫਿਰ ਬਿਲਕੁਲ ਤਰਥਲੀ ਮਚੀ ਹੁੰਦੀ ਆ ਹਾਈਪਰ ਹੋਏ ਹੁੰਨੇ ਆਸੀਂ ਸੋ ਕਾਫੀ ਲੋਗ ਉਸ ਕਰਕੇ 2-2 ਘੰਟੇ 3-3 ਘੰਟੇ ਐਕਸਰਸਾਈਜ਼ ਕਰ ਲੈਂਦੇ ਲੇਕਿਨ ਜਦੋਂ ਕੈਫੀਨ ਜਦੋਂ ਡ੍ਰੌਪ ਹੁੰਦਾ ਉਦੋਂ ਉਹ ਬਿਲਕੁਲ ਕੋਲੈਪਸ ਹਾਰਟ ਦੁੱਤੇ ਸਰ ਬਾੜ ਪੈਂਦਾ ਕਿਉਂਕਿ ਹਾਰਟ ਦੀ ਰਿਦਮ ਜਿਹੜੀ ਹੈਗੀ ਕੈਫੀਨ ਉਹਨੂੰ ਖਰਾਬ ਕਰਦਾ ਕਈਆਂ ਨੂੰ ਰਿਦ ਰਿਦਮੀਆਂ ਹੋ ਜਾਂਦਾ ਵੀ ਰਿਦਮ ਪ੍ਰੋਬਲਮ ਜਿਵੇਂ ਹੁਣ ਤੁਸੀਂ ਦੇਖੋ ਜਿਹੜੇ ਅ ਐਨਰਜੀ ਡਰਿੰਕ ਵੀ ਜਿਹਦੇ ਮੈਂ ਨਾਮ ਵੀ ਲੈ ਲੈਂਦਾ ਰੈਡ ਬੂਲ ਇਤਿਆਦੀ ਉਹਦੇ ਵਿੱਚ ਬਹੁਤ ਕੈਫੀਨ ਪਾਇਆ ਹੁੰਦਾ ਟੀਨੇਜਰਸ ਕਾਫੀ ਯੂਜ਼ ਕਰਦੇ ਆ ਹਾਈ ਹੋਣ ਵਾਸਤੇ ਹਾਈਪਰ ਹੋਣ ਵਾਸਤੇ ਪੂਰੀ ਰਾਤ ਅਗਰ ਉਹਨਾਂ ਨੇ ਡਾਂਸ ਡੂਇੰਸ ਕਰਨਾ ਉਹਦੇ ਉਦੋਂ ਬਿਲਕੁਲ ਕ੍ਰੈਸ਼ ਹੁੰਦੇ ਕਈਆਂ ਨੂੰ ਹਸਪਤਾਲ ਜਾਣਾ ਪੈਂਦਾ ਸਾਹਤੀ ਦੇ ਦਰਦ ਹੁੰਦੇ ਸਾਹ ਨਹੀਂ ਹੁੰਦਾ ਕਈਆਂ ਦਾ ਰਿਦਮ ਪ੍ਰੋਬਲਮ ਹੁੰਦੀ ਹੈ ਓਕੇਸ਼ਨਲੀ ਡੈਥ ਵੀ ਹੋ ਗਿਆ ਦੂਜਾ ਜਿਹੜੀ ਹੈਗੇ ਫੈਟ ਵੜਨਾ ਵੀ ਆਹ ਖਾ ਲੋ ਤੁਹਾਡਾ ਫੈਟ ਵੜਨ ਹੋ ਜਾਊਗਾ ਇਹੋ ਜਿਹੀ ਕੋਈ ਦਵਾਈ ਨਹੀਂ ਜੋ ਅਗਰ ਇਹੋ ਜਿਹੀ ਦਵਾਈ ਹੁੰਦੀ ਤੇ ਸਾਰਿਆਂ ਦੀ ਜਿਹੜੀ ਗੋਗੜੇ ਮੇਰੀ ਤੁਹਾਡੀ ਸਾਰਿਆਂ ਦੀ ਐਨ ਫਲੈਟ ਹੋਣੀ ਸੀ ਕੋਈ ਨਹੀਂ ਜੋ ਜਿਹੜੀ ਫੈਟ ਆਪਾਂ ਵਰਨ ਕਰਨੀਓ ਐਕਸਰਸਾਈਜ਼ ਦੇ ਨਾਲ ਕਰਨੀ ਹੈ ਇਮਾਨਦਾਰੀ ਦੇ ਨਾਲ ਕਰਨੀ ਹੈ ਔਰ ਖਾਣੇ ਦੇ ਅਡਜਸਟਮੈਂਟ ਜੇਥੇ ਮੈਂ ਕਹੂੰਗਾ ਵੀ ਅਗਰ ਸਮਝੋ ਸਾਡਾ weight ਬਹੁਤ ਜ਼ਿਆਦਾ ਹੋਈ ਜਾ ਰਿਹਾ ਹੈ ਅਸੀਂ ਸਿਰਫ 3 ਮੀਲ ਖਾਈਏ ਵਿੱਚ ਅਸੀਂ 스ਨੈਕਿੰਗ ਨਾ ਕਰੀਏ ਚਾਹ ਕੌਫੀ ਕੁਛ ਨਾ ਪੀਏ ਅਗਰ ਪੀਣਾ ਤਾਂ ਪਾਣੀ ਪੀਏ ਸ਼ਾਮ ਦਾ ਖਾਣਾ 6:00 ਵਜੇ ਤੋਂ ਪਹਿਲ ਪਹਿਲੋ ਕਰ ਲਈਏ ਔਰ ਸਵੇਰ ਬ੍ਰੈਕਫਾਸਟ 8:00 ਤੋਂ ਬਾਅਦ ਕਰੀਏ ਤਾਂ ਕਿ ਘੱਟੋ ਘੱਟ ਸਾਡੇ 14 ਘੰਟੇ ਦਾ ਉਹ ਫਾਸਟਿੰਗ ਹੋਵੇ ਇੰਟਰਮੀਟੈਂਟ ਫਾਸਟਿੰਗ ਦੇ ਨਾਲ ਸਾਰੇ ਹਾਰਮones ਬੋਡੀ ਦੇ ਥੱਲੇ ਆ ਜਾਂਦੇ ਤੁਹਾਨੂੰ ਭੁੱਖ ਘੱਟ ਲੱਗਦੀ ਆ ਖੋ ਘੱਟ ਪੈਂਦੀ ਤੁਹਾਡਾ ਜਿਹੜਾ ਰੋਲਰ ਕੋਸਟਰ ਹੈ ਇਨਸੂਲਿਨ ਦਾ ਜਦੋਂ ਵੀ ਤੁਸੀਂ ਫੂਡ ਖਾਦਾ ਇਨਸੂਲਿਨ ਨੇ ਸਪਾਈਕ ਕਰਨਾ ਉਹ ਰੋਲਰ ਕੋਸਟਰ ਸਟੇਬਲਾਈਜ਼ ਹੁੰਦਾ ਤੁਹਾਨੂੰ ਫਿਰ ਆਪ ਜੀ ਕਰਦਾ ਮੈਂ ਲਿਮਿਟਿਡ ਅਮਾਉਂਟ ਖਾਵਾਂ ਨਹੀਂ ਤੇ ਬਹੁਤ ਖੋ ਪੈਂਦੀ ਕਈਆਂ ਨੂੰ ਹੈਨਾ ਸਟ्रेस ਵੀ ਇੱਕ ਫੈਕਟਰ ਹੈਗਾ ਸੋ ਨੀਂਦ 7 ਘੰਟੇ ਚਾਹੀਦੀ ਸਟ्रेस ਮੈਨੇਜ ਕਰਨਾ ਚਾਹੀਦਾ ਦੂਜੀਆਂ ਜਿਹੜੀਆਂ ਹੈਗੀਆਂ ਵੀ ਹੁਣ ਗ੍ਰੀਨ ਟੀ ਪੀ ਲੋ ਜੀ ਉਹਦੇ ਨਾਲ ਤੁਹਾਡੀ ਲਿਵਰ ਵੀ ਕਲੀਨ ਹੋ ਜਾਊਗੀ ਤੁਹਾਡਾ ਫੈਟ ਵੀ ਬਰਨ ਹੋ ਜਾਊਗਾ ਕੋਈ ਰਿਸਰਚ ਨਹੀਂ ਸਾਬਿਤ ਕਰਦੀ ਵੀ ਇਹਦੇ ਨਾਲ ਹੁੰਦਾ ਸੋ ਪੈਸੇ ਖਰਾਬ ਕਰਨ ਵਾਲੀ ਗੱਲ ਹੈਗੀ ਹੈ ਪਹਿਲੀ ਗੱਲ ਤੇ ਇਹ ਹੈਗੀ ਆ ਵੀ 8 ਬਿਲੀਅਨ ਅਸੀਂ ਪੁਰਾਣੀ ਧਰਤੀ ਦੇ ਰਹਿੰਦੇ ਆ ਸਾਡਾ ਡੀਐਨਏ ਨਹੀਂ ਮਿਲਦਾ ਫਿੰਗਰਪ੍ਰਿੰਟ ਨਹੀਂ ਮਿਲਦੇ ਤੇ ਨਾ ਹੀ ਸਾਡਾ weight ਕਿਸੇ ਨਾਲ ਮਿਲਣਾ ਸੋ ਅਗਰ ਤੁਹਾਡਾ ਬੋਡੀ ਮਾਸ ਇੰਡੈਕਸ 25 ਦੇ ਲਾਗੇ ਛਾਗੇ ਹੈਗਾ ਇੰਨੀ ਵਾਰੀ ਨਾ ਕਰੋ ਜਿੰਨੇ ਐਥਲੀਟ ਰਹਿਣਾ ਉਹਦਾ 18 ਤੋਂ 20 ਦੇ ਵਿੱਚ ਚਾਹੀਦਾ ਅਗਰ 30 ਤੋਂ ਬੋਡੀ ਮਾਸ ਇੰਡੈਕਸ ਉੱਤੇ ਜਾ ਰਹੇ ਫਿਰ ਤੁਹਾਨੂੰ ਡਾਇਬਟੀਜ਼ ਬਲੱਡ ਪ੍ਰੈਸ਼ਰ ਹਾਰਟ ਪ੍ਰੋਬਲਮ ਗੋਡੇਾਂ ਦੇ ਦਰਦ ਹੋਣ ਦੀ ਸੰਭਾਵਨਾ ਫਿਰ ਤੁਹਾਨੂੰ weight ਜ਼ਰੂਰ ਮੇਨਟੇਨ ਕਰਨਾ ਚਾਹੀਦਾ ਲੇਕਿਨ ਬਾਅਦ ਅਗਰ ਮੈਗਜ਼ੀਨ 'ਚ ਐਡਵਰਟਾਈਜ਼ ਹੈਗਾ ਉਹਨੂੰ ਕਾਪੀ ਨਾ ਕਰੋ ਅਗਰ ਉਹ ਪਹਿਲਵਾਨ ਨੇ ਕਿਸੇ ਨੇ ਬੋਡੀ ਐਂ ਤਗੜੀ ਕਰਕੇ ਬਣਾਈ ਹੈ ਕਿਉਂਕਿ ਉਹਦਾ ਫੁੱਲ ਟਾਈਮ ਉਹਦਾ ਜੌਬ ਹੈ ਪਹਿਲਵਾਨੀ ਕਰਨਾ ਤੁਹਾਡਾ ਫੁੱਲ ਟਾਈਮ ਜੌਬ ਪਹਿਲਵਾਨੀ ਕਰਨਾ ਨਹੀਂ ਹੈ ਤੁਸੀਂ ਰਿਪੋਰਟਰ ਹੋ ਮੈਂ ਡਾਕਟਰ ਹਾਂ ਸੋ ਆਪਾਂ ਉਹਦੀ ਕਾਪੀ ਹੋਰ ਕੁੜ ਜਦੋਂ ਫਿਗਰਸ ਜਿਹੜੀਆਂ ਹੈਗੀਆਂ ਮਾਡਲਸ ਜਿਹੜੀਆਂ ਹੈਗੀਆਂ ਉਹਨਾਂ ਦੀ ਮੈਗਜ਼ੀਨ 'ਚ ਹੁੰਦੀਆਂ ਕਈ ਉਹ ਭੁੱਖੀਆਂ ਰਹਿੰਦੀਆਂ ਤਾਂ ਕਿ ਅਸੀਂ ਹੋਏ ਸਲਿਮ ਹੋਣਾ ਉਹ ਐਨੋਰੈਕਸਿਕ ਹੋ ਜਾਂਦੀਆਂ ਨਹੀਂ ਖਾਂਦੀਆਂ ਸੋ ਅਸੀਂ ਬਾਹਰ ਜਿਹੜੀ ਹੈਗੀ ਹੈ ਨਾ ਲਾਈਮਲਾਈਟ ਉਹਨੂੰ ਕਾਪੀ ਨਾ ਕਰੀਏ ਪਹਿਲਾਂ ਆਪਣੇ ਆਪ ਨੂੰ ਐਕਸੈਪਟ ਕਰੀਏ ਜੋ ਵੀ ਕੁਦਰਤ ਨੇ ਤੁਹਾਨੂੰ ਬਣਾਇਆ ਠੀਕ ਹੈ ਹੁਣ ਸਾਡੇ ਜਿਹੜੇ ਪਰਿਵਾਰ ਦੇ ਜੈਨੇਟਿਕਸ ਅਗਰ ਹੈਗਾ ਵੀ ਤੁਸੀਂ ਥੋੜੇ ਜੇ ਹੈਵੀ ਬਿਲਟ ਹੈ ਤਾਂ ਤੁਸੀਂ ਹੈਵੀ ਬਿਲਟ ਰਹਿਣਾ ਤੁਹਾਡੇ ਜੀਨਸ ਨੇ ਉਹ ਕੰਟਰੋਲ ਕਰਨਾ ਤੁਸੀਂ ਅਗਰ ਰੋਗੀ ਹੋ ਤੁਸੀਂ ਹੈਪੀ ਰੋ ਲੇਕਿਨ ਕੈਨੇਡਾ ਫੂਡ ਗਾਈਡ ਜਿਹੜੀ ਹੈਗੀ ਆ ਉਹਦੇ ਵਿੱਚ ਅੱਧੀ ਪਲੇਟ ਜੋ ਫਰੂਟਸ ਔਰ ਵੈਜੀਟੇਬਲ ਇੱਕ ਚੌਥਾਈ ਹੈਗੀ ਹੋਲ ਗ੍ਰੇਨ ਸੋ ਮੈਦਾ ਨਹੀਂ ਖਾਣਾ ਆਪਾਂ ਹੋਲ ਗ੍ਰੇਨ ਲੈ ਸਕਦੇ ਹਾਂ ਤੇ ਇੱਕ ਚੌਥਾਈ ਹੈਗਾ ਪ੍ਰੋਟੀਨ ਸੋਰਸ ਤੇ ਰਾਈਟ ਪਾਸੇ ਉਹਨਾਂ ਲਿਖਿਆ ਡਰਿੰਕ ਵਾਟਰ ਵੀ ਉਹੀ ਪਾਣੀ ਪੀਣਾ ਚਾਹੀਦਾ ਨਾ ਜੂਸ ਨਾ ਸੋਡਾ ਨਾ ਹੋਰ ਕੋਈ ਮਤਲਬ ਸ਼ੂਗਰੀ ਡਰਿੰਕ ਹੁਣ ਜਦੋਂ ਆਪਾਂ ਕਹਿੰਨੇ ਆ ਵੀ ਕਿਹੜੀ ਚੀਜ਼ ਅਵੋਇਡ ਕਰਨੀ ਆਪਾਂ ਚਿੱਟੀਆਂ ਚੀਜ਼ਾਂ ਅਵੋਇਡ ਕਰੀਏ ਖਾਸ ਕਰਕੇ ਮੈਦਾ ਜਿਹੜੀ ਚੀਨੀ ਹੈਗੀ ਹੈ ਰਿਫਾਈਨਡ 슈ਗਰ ਲੂਣ ਵਿੱਚ ਚਿਟਾ ਉਹ ਵੀ ਥੋੜਾ ਰੱਖੀਏ ਘੱਟ ਤੋਂ ਘੱਟ ਵੀ ਇੱਕ ਚਮਚ ਮੈਕਸਿਮਮ 24 ਘੰਟੇ ਚ ਹੋਵੇ ਲੂਣ ਸਾਨੂੰ ਬਾਹਰੋਂ ਮਿਲਦਾ ਫ੍ਰੈਂਚ ਫਰਾਈਆਂ ਚ ਚਿਪਸ ਤੋਂ ਜਿਹੜੀ ਸੌਸੇਸ ਹੁੰਦੀਆਂ ਚਟਨੀਆਂ ਹੁੰਦੀਆਂ ਆਚਾਰ ਇਹਨਾਂ ਤੋਂ ਜ਼ਿਆਦਾ ਮਿਲਦਾ ਪਾਪੜ ਖਾ ਲਤਾ ਲੇਕਿਨ ਆਮ ਜਿਹੜਾ ਦਾਲ ਸਬ지 ਲੂਣ ਪੰਦਾ ਇਨਫ ਹੈ ਗੱਲ ਪ੍ਰੋਟੀਨ ਤੇ ਹੁੰਦੀ ਆ ਬਿਲਕੁਲ ਕੋਈ ਲੈਨ ਦੀ ਲੋੜ ਨਹੀਂ ਆ ਤੁਸੀਂ ਪੈਸੇ ਖਰਚ ਕਰੋਗੇ ਬੋਡੀ ਵਿੱਚ ਕੀ ਪਾ ਰਹੇ ਹੋ ਤੁਹਾਨੂੰ ਪਤਾ ਨਹੀਂ ਹੈਗਾ ਜਿਹੜਾ ਫੂਡ ਤੁਸੀਂ ਆਪਣੀ ਅੱਖਾਂ ਦੇ ਨਾਲ ਬਣਾ ਰਹੇ ਆਪਣੇ ਘਰ ਬਣਾ ਰਹੇ ਉਹ ਵਧੀਆ ਜੋ ਉੱਥੇ ਤੁਹਾਨੂੰ ਇਹਨਾਂ ਪ੍ਰੋਟੀਨ ਮਿਲ ਸਕਦੀ ਹੈ ਡਾਕਟਰ ਸਾਹਿਬ ਇੱਕ ਹੋਰ ਲੌਜਿਕ ਆ ਇਹਦੇ ਵਿੱਚ ਜਿਹੜੇ ਲੋਕ ਦਿੰਦੇ ਆ ਜਿਹੜੇ ਖਾਂਦੇ ਆ ਇਹ ਚੀਜ਼ਾਂ ਉਹ ਕਹਿੰਦੇ ਵੀ ਕਿਉਂਕਿ ਹੁਣ ਨਿਊਟ੍ਰੀਐਂਟ ਧਰਤੀ ਦੇ ਵਿੱਚ ਹੀ ਹੈ ਨਹੀਂ ਪੂਰੇ ਮਾਈਕਰੋਨਿਊਟ੍ਰੀਐਂਟ ਖਾਸ ਕਰਕੇ ਵੀ ਉਹ ਖਤਮ ਹੋ ਗਏ ਤੇ ਸਾਡੇ ਫੂਡ ਦੇ ਵਿੱਚ ਵੀ ਸਾਨੂੰ ਪੂਰੇ ਤੱਤ ਮਿਲ ਨਹੀਂ ਰਹੇ ਜਿਹੜੇ ਪਹਿਲੇ ਜ਼ਮਾਨੇ 'ਚ ਮਿਲਦੇ ਸੀ ਇਸੇ ਕਰਕੇ ਸਾਨੂੰ ਬਾਹਰੋਂ ਪਾਉਣੇ ਪੈ ਰਹੇ ਤੇ ਹਰ ਫਾਰਮੇਸੀ ਦੇ ਉੱਤੇ ਮਤਲਬ ਉਹ ਸ਼ੈਲਫ ਪੂਰੀ ਭਰੀ ਹੁੰਦੀ ਹੈ ਵਾਟਾਮੰਸ ਦੀ ਉਹ ਪਤਾ ਹੀ ਨਹੀਂ ਡਾਕਟਰ ਵੇ ਤੋਂ Z ਤੱਕ ਕਿੰਨੇ ਉਹਨਾਂ ਨੇ ਲਿਖੇ ਆ ਤੇ ਉਹ ਸਾਰਾ ਕੁਝ ਵੀ ਲੈਣਾ ਜ਼ਰੂਰੀ ਆ ਉਹਨੂੰ ਫੁੱਲਫਿਲ ਕਰਨ ਦੇ ਲਈ ਫਿਰ ਇਹ ਇਹਦਾ ਕੀ ਚੱਕਰ ਹੁੰਦਾ ਜਿਹੜੇ ਡਾਇਟਰੀ ਸਪਲੀਮੈਂਟ ਆ ਇਹ ਵੀ ਗਲਤ ਦੇਖੋ ਹੈਲਥ ਕੈਨੇਡਾ ਕਹਿੰਦੀ ਐ ਇੱਕੋ ਵਾਈਟਾਮਿਨ ਜਿਹੜਾ ਕੈਨੇਡੀਅਨ 'ਚ ਲੋਕ ਚੱਲਦਾ ਉਹ ਹੈਗਾ ਵਾਈਟਾਮਿਨ D ਸੋ ਹਰ ਚੌਥਾ ਐਡਲਟ ਤੇ ਹਰ ਤੀਜਾ ਬੱਚਾ ਉਹ ਚ ਵਾਈਟਾਮਿਨ ਡੀ ਲੋ ਹੋ ਸਕਦਾ ਕਿਉਂਕਿ ਆਪਾਂ ਘਰਾਂ ਚ ਰਹਨੇ ਆ ਸੂਰਜ ਦੇਵਤਾ ਘਟ-ਘਟ ਪ੍ਰਸੰਨ ਹੁੰਦੇ ਦੋ ਤਿੰਨ ਮਹੀਨੇ ਕਦੀ ਕਦੀ ਸੋ ਉਹ ਹੈਲਥ ਕੈਨੇਡਾ ਕਹਿੰਦੀ ਆ ਵੀ ਤੁਸੀਂ ਲੈ ਸਕਦੇ ਹੋ ਵਾਈਟਾਮਿਨ ਡੀ ਸਪਲੀਮੈਂਟ ਹੁਣ ਮੈਂ ਕਰਨਾ ਨੇ ਵਾਲੀ ਗੱਲ ਦੱਸਦਾ ਇਹ ਰਿਸਰਚ ਬੇਸ ਐਕਸਟਰਾ ਮਲਟੀਵਿਟਾਮਿਨ ਖਾਣ ਦੇ ਨਾਲ ਉਮਰ ਕੋਈ ਜ਼ਿਆਦਾ ਨਹੀਂ ਵੱਧਦੀ ਸਗੋਂ ਡੇਢ ਸਾਲ ਘਟ ਜਾਂਦੀ ਡੇਢ ਸਾਲ ਘਟ ਸਕਦੀ ਜੋ ਅਗਰ ਕੰਟਰੋਲ ਦੇ ਨਾਲ ਕੀਤਾ ਜਾਏ ਹਾਰਟ ਅਟੈਕ ਦੇ ਚਾਂਸਸ ਨਹੀਂ ਘਟਦੇ ਕੈਂਸਰ ਦੇ ਚਾਂਸਸ ਨਹੀਂ ਘਟਦੇ ਸੋ ਕੋਈ ਫਾਇਦਾ ਨਹੀਂ ਤੁਸੀਂ ਮਨ ਨੂੰ ਸੰਤੁਸ਼ਟਤਾ ਦੇ ਰਹੇ ਹੋ ਵੀ ਮੈਂ ਬੋਡੀ ਤੇ ਐਕਸਟਰਾ ਚੀਜ਼ਾਂ ਪਾ ਰਿਹਾ ਜਿਹੜੀ ਰੰਗਦਾਰ ਚੀਜ਼ਾਂ ਹੈਗੀਆਂ ਰੱਬ ਨੇ ਬਣਾਈਆਂ ਕੁਦਰਤ ਨੇ ਬਣਾਈਆਂ ਉਹਨਾਂ ਚ ਸਾਰਾ ਕੁਝ ਹੈਗਾ ਉਹ ਚ ਵਾਈਟਾਮਿਨਸ ਮਿਨਰਲਸ ਮਾਈਕਰੋਨਿਊਟ੍ਰੀਐਂਟਸ ਹੋਏ ਹੈਗੇ ਅਸੀਂ ਕੈਨੇਡਾ ਦੀ ਧਰਤੀ ਤੇ ਰਹਨੇ ਆ ਜਿਹੜੀ ਧਰਤੀ ਬਹੁਤ پاک ਬਹੁਤ ਪਵਿੱਤਰ ਔਰ ਇਹਦੇ ਵਿੱਚ ਕੰਟਾਮਨੇਸ਼ਨ ਨਹੀਂ ਹੈਗਾ ਹੁਣ ਘਰ ਆਮ ਘਰ ਚਲੋ 4000 ਸਕਰ ਫੀਟ ਲਾਟ ਹੈ 7000 ਪਿੱਛੇ ਆਪਾਂ ਗਾਰਡਨ ਲਾ ਸਕਦੇ ਸਮਰ ਦੇ ਵਿੱਚ ਆਪਾਂ ਕਾਫੀ ਚੀਜ਼ਾਂ ਆਪ ਗ로우 ਕਰ ਸਕਦੇ ਉਹ ਆਰਗੇਨਿਕ ਹੁੰਦੀ ਹੈ ਤੁਹਾਡੀ ਆਪ ਦੀ ਗ로우 ਕੀਤੀ ਹੁੰਦੀ ਹੈ ਨਾ ਸੋ ਆਪਾਂ ਆਪਣੇ ਆਪ ਨੂੰ ਨਾਲੇ ਉੱਚ ਤੁਸੀਂ ਐਕਸਰਸਾਈਜ਼ ਵੀ ਕਰ ਸਕਦੇ ਬਿਜ਼ੀ ਵੀ ਰਹਿ ਸਕਦੇ ਸੋ ਇੰਨਾ ਖਾਸ ਲੋੜ ਨਹੀਂ ਹੈਗੀ ਜਿਹੜੀ ਆਪਾਂ ਮੈਂ ਦੇਖਣਾ ਕਈ ਕਰਾਂ ਦੇ ਵਿੱਚ ਮਲਟੀ ਵਿਟਾਮਿਨਸ ਦੀ ਸ਼ੀਸ਼ੀਆਂ ਮਿਨਰਲਸ ਦੀ ਸ਼ੀਸ਼ੀਆਂ ਜ਼ਿੰਕ ਦੀਆਂ ਬਾਇਓਟਿਨ ਦੀਆਂ ਵਗਾਰਾ ਵਗੈਰਾ ਪੰਗੇ ਕੋਈ ਚੀਜ਼ ਦੀ ਲੋੜ ਨਹੀਂ ਜੋ ਲੋੜ ਹੈਗੀ ਤੁਹਾਨੂੰ ਅੱਛਾ ਭੋਜਨ ਖਾਂਦੇ ਨਾਲ ਮਨ ਨੂੰ ਸੰਤੁਸ਼ਟ ਕਰਨ ਵਾਸਤੇ ਭਜਨ ਦੀ ਵੀ ਲੋੜ ਹੈਗੀ ਜਦ ਮਨ ਸੰਤੁਸ਼ਟ ਉਹਨੇ ਆਪੇ ਹੀ ਜਿਦਾਂ ਹੁਣ ਦੇਖੋ ਗੁਰਮੁਖ ਰਿਤੇ ਗਰੀਬੀ ਆਵੇ ਗੁਰਮੁਖ ਜਿਹੜਾ ਹੈਗਾ ਥੋੜਾ ਖਾਵੇ ਥੋੜਾ ਬੋਲੇ ਥੋੜਾ ਸੋਵੇ ਸੋ ਦੀ ਜਿਹੜੀ ਨੀਂਦ ਜਿਹੜੀ ਹੈਗੀ ਉਹ ਵੀ 7-8 ਘੰਟੇ ਦੀ ਹੁੰਦੀ ਕਿਉਂਕਿ ਉਹਨੇ ਪਰਵਕਾਰ ਕਰਨਾ ਹੁੰਦਾ ਔਰ ਖਾਣਾ ਜਿਹੜਾ ਹੈਗਾ ਉਹਦਾ ਘਟ ਜਾਂਦਾ ਕਿਉਂਕਿ ਰਿਤੇ ਦੇ ਵਿੱਚ ਜਦੋਂ ਗਰੀਬੀ ਹੁੰਦੀ ਆ ਉਦੋਂ ਸਾਰੇ ਸੰਸਾਰ ਨੂੰ ਸੇਵਾ ਦੀ ਭਾਵਨਾ ਹੋ ਜਾਂਦੀ ਹੈ ਸੋ ਬੈਕ ਟੂ ਫੂਡ ਮੈਂ ਕਰਨਾ ਅਭੀ ਆਪਾਂ ਆਪਣੇ ਮੂਹ ਤੇ ਵਿੱਚ ਅਨਨੈਸੈਸਰੀ ਚੀਜ਼ਾਂ ਪਾਉਣ ਦੀ ਲੋੜ ਨਹੀਂ ਹੈਗੀ ਆਪਾਂ ਆਪਣੇ ਆਪ ਨੂੰ ਹਵਾ ਦੇ ਨਾਲ ਦੇਖੀਏ ਸਾਨੂੰ ਆਕਸੀਜਨ ਦੇ ਕੇ ਸਾਡਾ ਕਾਰਬਨ ਡਾਈਆਕਸਾਈਡ ਲੈ ਕੇ ਫੇਰ ਦਰਖਤਾਂ ਕੋਲ ਜਾ ਕੇ ਮੰਨਤਾ ਕਰਦੇ ਕਾਰਬਨ ਡਾਈਆਕਸਾਈਡ ਲੈ ਲਾ ਮੈਨੂੰ ਆਕਸੀਜਨ ਦੇ ਮਤ ਤੱਕ ਕੇ ਇਨਸਾਨਾਂ ਨੂੰ ਦਵਾ ਜਿਹੜਾ ਪਾਣੀ ਆ ਕੈਨੇਡਾ ਦਾ 20% ਫਰੈਸ਼ ਵਾਟਰ ਕੈਨੇਡਾ ਕੋ ਹੈਗਾ ਸਾਸੀ ਮਤਲਬ ਬਹੁਤ ਸ਼ੁੱਧ ਪਾਣੀ ਦਾ ਸਾਡੀ ਧਰਤੀ ਬਹੁਤ ਸ਼ੁੱਧ ਹੈ ਜਿਹੜੀ ਜਪਜੀ ਦੀ ਅਖੀਰ ਦੀ ਪੌੜੀ ਆ ਕੈਨੇਡਾ ਚ ਬਹੁਤ ਠੁਕਦੀ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਾ ਸਾਡਾ ਪਵਨ ਵੀ ਜਿਹੜਾ ਹੈਗਾ ਹਵਾ ਵੀ ਬਹੁਤ ਫਰੈਸ਼ ਹੈਗੀ ਮੈਂ ਬੰਬੇ ਤੋਂ ਹੈਗਾ ਬੰਬੇ ਦੀ ਹਵਾ ਕੰਟਮੀਨੇਟਡ ਦਿੱਲੀ ਦੀ ਹਵਾ ਕੰਟਮੀਨੇਟਡ ਉਹ ਹੈਲਥ ਨੂੰ ਇੰਪੈਕਟ ਕਰਦੀ ਉਹ ਤੁਹਾਡੇ ਓਵਰਆਲ ਫੂਡ ਸੋਰਸ ਨੂੰ ਇੰਪੈਕਟ ਕਰਦੀ ਸੋ ਅਸੀਂ ਅੱਛੇ ਮੁਲਕ ਚ ਰਹ ਰਹੇ ਆਂ ਔਰ ਅਸੀਂ ਪਰਵਰਧਕਾ ਦਾ ਸ਼ੁਕਰ ਕਰਨਾ ਚਾਹੀਦਾ ਅੱਛੇ ਬਾਕੀ ਕਈ ਮੈਂ ਜਗਤ ਮੈਂ ਅਕਸਰ ਜੀ ਮਜਾਨਾ ਕਈ ਵਾਰ ਲੋਕੀ ਗੱਲ ਡਿਸਕਸ਼ਨ ਕਰਦੇ ਵੀ ਉਹ ਟੀਕੇ ਲਾ ਰਹੇ ਆ ਉਹ ਪਰਫਾਰਮੈਂਸ ਐਨਹਾਂਸਿੰਗ ਟੀਕੇ ਹੁੰਦੇ ਆ ਮੋਸਟਲੀ ਉਹ ਸਟੀਰੋਇਡ ਬੇਸਡ ਹੁੰਦੇ ਆ ਐਂਡਰੋਜਨ ਬੇਸਡ ਹੁੰਦੇ ਆ ਟੈਸਟੋਸਟਰੋਨ ਬੇਸਡ ਹੁੰਦੇ ਆ ਉਹਦੇ ਨਾਲ ਇਹ ਵੀ ਤੁਹਾਡਾ ਮਸਲ ਮਾਸ ਤਾਂ ਵੱਧਦਾ ਲੇਕਿਨ ਆਪ ਦੇ ਜਿਹੜੇ ਟੈਸਟਿਕਲ ਉਹ ਸੁੰਗੜਨੇ ਸ਼ੁਰੂ ਹੋ ਜਾਂਦੇ ਆ ਵਿੱਚ ਸਪਰਮ ਜਿਹੜਾ ਪ੍ਰੋਡਕਸ਼ਨ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਆਵਾਜ਼ ਬਹੁਤ ਡੂੰਘੀ ਖਰੜੜੀ ਹੋਣੀ ਸ਼ੁਰੂ ਹੋ ਜਾਂਦੀ ਐਕਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਹੱਡੀਆਂ ਜਿਹੜੀਆਂ ਹੈਗੀਆਂ ਉਹ ਜ਼ਿਆਦਾ ਰਫ ਹੋ ਜਾਂਦੀਆਂ ਔਰ ਹਾਰਟ ਦੇ ਉੱਤੇ ਵੀ ਅਸਰ ਪੈਂਦਾ ਬਲੱਡ ਪ੍ਰੈਸ਼ਰ ਵੀ ਵੱਧ ਸਕਦਾ ਕਿਉਂਕਿ ਟੈਸਟੋਸਟੇਰੋਨ ਉਹ ਦਬਦੇ ਵਾਲਾ ਹਾਰਮੋਨ ਹਾਰਟ ਅਟੈਕ ਦੇ ਵੀ ਚਾਂਸਸ ਹੋ ਸਕਦੇ ਸੋ ਪਲੀਜ਼ ਆਪਾ ਟੀਕੇ ਲਾਉਣੇ ਬੰਦ ਕਰੀਏ ਦੇਖੋ ਕੈਨੇਡਾ ਦੇ ਵਿੱਚ ਬੈਨ ਜੌਨਸਨ ਦੀ ਸਟੋਰੀ ਸਾਰਿਆਂ ਨੂੰ ਪਤਾ ਉਹਨੇ ਵੀ ਟੀਕੇ ਲਾ ਕੇ 100 ਮੀਟਰ ਦੌੜ ਕਰਕੇ ਜਿੱਤ ਲਿਆ ਮੈਡਲ ਫਿਰ ਰਿਵੋਕ ਹੋਇਆ ਕਿਉਂਕਿ ਡੋਪਿੰਗ ਚਾਰजेस ਸੁੱੱਚ ਹੋਈਏ ਸੋ ਆਪਾ ਡੋਪਿੰਗ ਨਾ ਕਰੀਏ ਬੋਡੀ ਜਿੱਦਾਂ ਦੀ ਹੈਗੀ ਉਹਨੂੰ ਐਕਸੈਪਟ ਕਰੋ हां अगर ਤੁਸੀਂ ਬਹੁਤ ਜ਼ਿਆਦਾ ਕੰਪੀਟੀਸ਼ਨ 'ਚ ਜਾਣਾ ਫਿਰ ਟ੍ਰੇਨਰ ਲੈ ਕੇ ਉਹਦੀ ਗਾਈਡੈਂਸ 'ਚ ਆਪਾਂ ਜੋ ਵੀ ਚੀਜ਼ ਆ ਪਾਈ ਆਪਣੇ ਮੂੰਹ 'ਚ ਲੇਕਿਨ ਆਮ ਰੋਜ਼ਮਰਰ ਦੀ ਜ਼ਿੰਦਗੀ 'ਚ ਸਾਨੂੰ ਤੁਹਾਨੂੰ ਕੋਈ ਹੋਜੀ ਸਪਲੀਮੈਂਟ ਦੀ ਲੋੜ ਨਹੀਂ ਬਹੁਤ ਬਹੁਤ ਸ਼ੁਕ੍ਰਾਡਕਸਾ ਮਿਹਰਬਾਨੀ ਜੀ ਬਹੁਤ ਬਹੁਤ ਤਨਵਾਦ ਥੈਂਕ ਯੂ ਜੀ ਦੋਸਤ ਡਾਕਟਰ ਪਰਕਸ਼ਨਪੁਰ ਜਿਨ੍ਹਾਂ ਨੇ ਬਹੁਤ ਹੀ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜਿੰਨਾ ਕੁਦਰਤੀ ਖਾਣਾ ਆ ਉਹ ਜ਼ਿਆਦਾ ਚੰਗਾ ਆ ਕੋਈ ਵੀ ਜਿਹੜੀ ਅਨ ਸਰੀ ਚੀਜ਼ ਆ ਉਹਨੂੰ ਡਾਕਟਰ ਦੀ ਸਲਾਹ ਤੋਂ ਬਿਨਾ ਨਾ ਲਿਆ ਜਾਵੇ ਕੈਮਰਾਮੈਨ ਅਮਿਤ ਪਨੇਸਰ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ